ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਪਿਆਰੀ ਸਾਧ ਸੰਗਤ ਜੀ, ਅੱਜ ਤੁਹਾਡੇ ਸਾਹਮਣੇ ਇੱਕ ਵਾਰ ਫਿਰ ਹਾਜ਼ਰ ਹੋਏ ਹਾਂ ਮਸਲਾ ਹਰਿਦੁਆਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਅਤੇ ਰਾਮਾਇਣ ਦੀ ਹੋਈ ਬੇਅਦਬੀ ਨੂੰ ਲੈ ਕੇ, ਜੋ ਕਿ ਘਟਨਾ ਜਦ ਵਾਪਰੀ ਹਰਿਦੁਆਰ ਦੇ ਕਟਿਆੜਾ ਬਾਜ਼ਾਰ ਵਿਖੇ। ਉਸ ਘਟਨਾ ਨੂੰ ਲੈ ਕੇ ਜਦ ਜਥੇਬੰਦੀਆਂ ਉੱਥੇ ਪਹੁੰਚੀਆਂ, ਦਾਸ ਵੀ ਪਹੁੰਚੇ ਉੱਥੇ, ਪਹੁੰਚ ਕੇ ਦੇਖਿਆ ਕਿ ਬਈ ਘਟਨਾ ਬੜੀ ਮੰਦਭਾਗੀ ਹੈ। ਬਿਆਨ ਕਰਨ ਲੱਗੇ ਹੀ ਦਿਲ ਰੋ ਪੈਂਦਾ ਹੈ, ਐਡੀ ਮਾੜੀ ਘਟਨਾ ਹੋਈ ਹੈ। ਅਤੇ ਜਿਸ ਨੂੰ ਲੈ ਕੇ ਹਰਿਦੁਆਰ ਦੀ ਕੁਛ ਜਥੇਬੰਦੀਆਂ ਸਿਟੀ ਮੈਜਿਸਟਰੇਟ ਕੋਲ ਪਹੁੰਚੀਆਂ, SP ਸਿਟੀ ਕੋਲ ਪਹੁੰਚੀਆਂ, ਅਤੇ ਪੂਰਾ ਜ਼ੋਰ ਲਾ ਕੇ ਉਹਨਾਂ ਨੇ ਪਰਚਾ ਕਰਾਇਆ 107-16 ਦਾ। ਅਤੇ ਅਸੀਂ ਦੇਖਿਆ ਕਿ ਚਲੋ ਠੀਕ ਹੈ ਜੀ, ਇਹਨਾਂ ਨੇ ਆਪਣੇ ਵੱਲੋਂ ਕਾਰਵਾਈ ਪਾਈ ਹੈ। ਅਤੇ ਜਦ ਪਤਾ ਲੱਗਾ ਕਿ 107-16 ਦਾ ਪਰਚਾ ਹੋਇਆ ਅਤੇ ਉਹ ਸਾਨੂੰ ਮਨਜ਼ੂਰ ਨਹੀਂ ਹੋਇਆ। ਕਾਰਨ ਸਿਰਫ ਇਹ ਸੀਗਾ ਕਿ ਬਈ ਐਡਾ ਵੱਡਾ ਅਪਰਾਧ ਕੀਤਾ ਗਿਆ ਅਤੇ ਉਹਦੇ ਲਈ 107-16 ਤਾਂ ਕਦੇ ਬਣਦੀ ਹੋਈ ਨਹੀਂ। ਜਿਹੜੀ ਧਾਰਾ ਬਣਦੀ ਹੈ 295 ਏ, 153 ਏ, 120 ਇਹ ਇਹਨਾਂ 'ਚੋਂ ਕੋਈ ਵੀ ਧਾਰਾ ਨਹੀਂ ਲਗਾਈ ਗਈ ਪੁਲਿਸ ਵੱਲੋਂ, ਛੋਟਾ ਜਿਹਾ ਪਰਚਾ ਕਰਕੇ ਉਹਨੂੰ ਛੱਡ ਦਿੱਤਾ ਗਿਆ। ਉਹ ਪਰਚਾ ਵੀ ਇੱਦਾਂ ਦਾ ਹੈ ਕਿ 2-4 ਮਹੀਨੇ ਵਿੱਚ ਆਪਣੇ ਆਪ ਹੀ ਖਤਮ ਹੋ ਜਾਂਦਾ, ਕੋਈ ਕਾਰਵਾਈ ਨਹੀਂ ਪੈਂਦੀ। ਅਤੇ ਇਸ ਗੱਲ ਨੂੰ ਦੇਖ ਕੇ ਬੜਾ ਦੁੱਖ ਲੱਗਾ। ਸੰਗਤਾਂ ਦੇ ਬੜੇ ਫੋਨ ਆਉਣੇ ਸ਼ੁਰੂ ਹੋਏ ਕਿ ਵੀ ਇਹ ਜਿਹੜੀ ਕਾਰਵਾਈ ਬੜੀ ਗਲਤ ਹੋਈ ਹੈ, ਅਤੇ ਪਰਚਾ ਬੜਾ ਹਲਕਾ ਹੋਇਆ ਮਾਤਾ 'ਤੇ, ਕਿਉਂਕਿ ਉਹ ਬੜੀ ਬਜ਼ੁਰਗ ਕਹਿ ਲਈ ਉਹਨੂੰ ਮਾਤਾ ਨੂੰ, ਅਤੇ ਉਹਦੇ ਨਾਲ ਦੇ ਜਿਹੜੇ ਹੋਰ ਨੌਜਵਾਨ ਨੇ ਸਭ ਨੂੰ ਇਹ ਚੀਜ਼ ਪਤਾ ਸੀਗਾ ਕਿ ਇਹ ਬੇਅਦਬੀ ਬੜੀ ਗਲਤ ਇਹਨਾਂ ਨੇ ਕੀਤੀ ਹੈ ਅਤੇ ਇਹ ਸਾਜਿਸ਼ ਦੇ ਤਹਿਤ ਕੀਤੀ ਗਈ ਹੈ। ਚਲੋ ਜੀ, ਪਰਮਾਤਮਾ ਦੀ ਕਿਰਪਾ ਨਾਲ ਫਿਰ ਅਸੀਂ ਅੱਗੇ ਵਧੇ ਇਸ ਚੀਜ਼ ਨੂੰ ਲੈ ਕੇ, ਅਤੇ SSP ਨੂੰ, SP ਨੂੰ ਅਤੇ ਥਾਣਾ ਅਧਿਆਕਸ਼ ਨੂੰ, ਸਾਰਿਆਂ ਨੂੰ ਲੈਟਰ ਘੱਲੇ ਕਿ ਵੀ ਇਹ ਕਾਰਵਾਈ ਸਾਨੂੰ ਮਨਜ਼ੂਰ ਨਹੀਂ, ਬਣਦੀ ਕਾਰਵਾਈ ਜਿਹੜੀ ਉਚਿਤ ਕਾਰਵਾਈ ਹੈ ਉਹ ਕੀਤੀ ਜਾਏ, ਕਾਨੂੰਨੀ ਤੌਰ 'ਤੇ ਜਿਹੜੀ ਕਾਰਵਾਈ ਬਣਦੀ ਹੈ, ਜਿਹੜੀ ਸਿੱਖਾਂ ਦੇ ਉੱਤੇ ਖਾਸ ਤੌਰ 'ਤੇ ਲਾਈ ਜਾਂਦੀਆਂ ਧਾਰਾਵਾਂ ਨੇ, ਜਾਂ ਸਿੱਖ ਕਿਸੇ ਪਾਸੋਂ ਕੋਈ ਹਲਕੀ ਫੁਲਕੀ ਗਲਤੀ ਕਰ ਦੇਵੇ ਮੁੜ ਕੇ ਮਾਫ਼ੀ ਮੰਗ ਲੈ, ਲੇਕਿਨ ਮਾਫ਼ੀ ਨਹੀਂ ਮਿਲਦੀ, ਪਰਚੇ ਪੈਂਦੇ ਨੇ ਸਿੱਖਾਂ 'ਤੇ। ਇਸੀ ਗੱਲ ਨੂੰ ਲੈ ਕੇ ਅਸੀਂ ਪਹੁੰਚੇ ਕਿ ਬਈ ਤੁਸੀਂ ਜਿਹੜੀ ਇਹ ਬੇਅਦਬੀ ਹੋਈ ਹੈ, ਦੋਸ਼ੀਆਂ ਦੇ ਉੱਤੇ ਸਖ਼ਤ ਕਾਰਵਾਈ ਕਰੋ। ਅਤੇ ਪੁਲਿਸ ਵੱਲੋਂ ਸਾਨੂੰ ਦੱਸਿਆ ਗਿਆ ਹੈ, ਕੱਲ੍ਹ ਪਤਾ ਲੱਗਾ ਹੈ ਕਿ ਬਈ ਇਹਨਾਂ ਨੇ 295 ਇਹ ਲਾ ਦਿੱਤੀ ਹੈ, ਸੰਗਤ ਦੇ ਰੋਸ ਨੂੰ ਦੇਖਦੇ ਹੋਏ 295 ਇਹ ਲਾ ਦਿੱਤੀ ਹੈ, ਲੇਕਿਨ ਉਹਦੇ ਵਿੱਚ ਉਸ ਮਹਿਲਾ ਨੂੰ ਨਾਮਜ਼ਦ ਨਹੀਂ ਕੀਤਾ ਇਹਨਾਂ ਨੇ, ਜਦਕਿ ਉਹ ਮਹਿਲਾ 22 ਤਰੀਕ ਦੀ ਘਟਨਾ ਹੈ, 23 ਤਰੀਕ ਨੂੰ ਪ੍ਰਭਾਰੀ ਨਿਰੀਕਸ਼ਕ ਨੂੰ ਆਪ ਜਾ ਕੇ ਮਾਫ਼ੀਨਾਮਾ ਲਿਖ ਕੇ ਦੇ ਕੇ ਆਈ ਹੈ, ਬਾਏ ਨੇਮ, ਬਾਏ ਫੋਨ ਨੰਬਰ ਆਪਣਾ ਉਹ ਲਿਖ ਕੇ ਦੇ ਕੇ ਆਈ ਹੈ ਕਿ ਵੀ ਮੇਰੇ ਤੋਂ ਗਲਤੀ ਹੋਈ ਹੈ। ਇਹੀ ਗੱਲ SP ਸਿਟੀ ਨੂੰ ਵੀ ਪਤਾ ਹੈ, ਸਿਟੀ ਮੈਜਿਸਟਰੇਟ ਨੂੰ ਵੀ ਪਤਾ ਹੈ ਕਿ ਠੀਕ ਹੈ ਜੀ ਇਹ ਘਟਨਾ ਹੋਈ ਹੈ ਅਤੇ ਇਸ ਲੇਡੀਜ਼ ਵੱਲੋਂ ਕੀਤੀ ਗਈ ਘਟਨਾ ਹੈ। ਅਤੇ ਜਦ ਹੁਣ ਅਸੀਂ ਪਰਚਾ ਪਾਇਆ, ਸਾਨੂੰ ਕੱਲ੍ਹ 295 ਦੇ ਉਹਨਾਂ ਨੇ ਪਰਚਾ ਕਰਕੇ ਸਾਡੇ ਹੱਥ FIR ਦੀ ਕਾਪੀ ਆਈ ਹੈ, ਅਤੇ ਉਹਦੇ 'ਚ ਉਹ ਲਿਖ ਰਹੇ ਨੇ ਕਿ ਬਈ ਉਹ ਅਗਿਆਤ ਹੈ, ਕਿ ਪ੍ਰਸ਼ਾਸਨ ਨੂੰ ਪਤਾ ਨਹੀਂ ਕਿ ਬੇਅਦਬੀ ਕਿਹਨੇ ਕੀਤੀ ਹੈ। ਅਗਿਆਤ ਦਾ ਇਹੀ ਮਤਲਬ ਹੁੰਦਾ ਕਿ ਸਾਨੂੰ ਪਤਾ ਨਹੀਂ, ਅਤੇ 107-16 ਲਗਾਉਣ ਲੱਗੇ ਤੁਹਾਨੂੰ ਪਤਾ ਸੀਗਾ 23 ਤਰੀਕ ਨੂੰ ਕਿ ਉਹ ਕੌਣ ਹੈ, ਅਤੇ ਹੁਣ ਤੁਸੀਂ ਭੁੱਲ ਗਏ ਹੋ ਕਿ ਉਹ ਕੌਣ ਹੈ। ਇਹ ਜਿਹੜਾ ਨਾ ਸ਼ਰੇਆਮ ਧੱਕਾ ਚੱਲਦਾ ਆ ਰਿਹਾ ਹੈ ਅਤੇ ਅੱਗੇ ਵੀ ਇਹ ਚੱਲਦਾ ਰਹੇਗਾ ਜੇ ਆਪਾਂ ਜਾਗਰੂਕ ਨਾ ਹੋਏ। ਅਤੇ ਇਸ ਚੀਜ਼ ਨੂੰ ਦੇਖਦੇ ਹੋਏ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਧਰਨਾ ਜਿਹੜਾ ਹੈ ਲਗਾਇਆ ਜਾਏਗਾ। ਸਰਕਾਰ ਨੂੰ 2 ਦਿਨ ਦਾ ਟਾਈਮ ਦਿੱਤਾ ਗਿਆ ਹੈ, 3 ਤਰੀਕ ਦਾ ਅਤੇ 4 ਤਰੀਕ ਦਾ। ਜੇ ਤੁਸੀਂ 2 ਦਿਨਾਂ ਦੇ ਵਿੱਚ ਕੋਈ ਕਾਰਵਾਈ ਨਹੀਂ ਕਰਦੇ ਤਾਂ ਮਜਬੂਰਨ ਸਾਨੂੰ CCR ਟਾਵਰ ਅਤੇ SP ਸਿਟੀ ਦੇ ਬਾਹਰ ਬੈਠ ਕੇ ਸ਼ਾਂਤਮਈ ਤਰੀਕੇ ਨਾਲ, ਉਹਨਾਂ ਦੇ ਦਫ਼ਤਰ ਵਿਖੇ ਬੈਠ ਕੇ ਸ਼ਾਂਤਮਈ ਤਰੀਕੇ ਨਾਲ ਸੋਸ਼ਲ ਡਿਸਟੈਂਸਿੰਗ ਦਾ ਧਿਆਨ ਰੱਖਦੇ ਹੋਏ ਧਰਨਾ ਮੁਜ਼ਾਹਰਾ ਕਰਨਾ ਪਏਗਾ। ਇਹਦੇ ਲਈ ਸਾਨੂੰ ਮਜਬੂਰ ਕੀਤਾ ਜਾ ਰਿਹਾ ਕਿ ਸਾਨੂੰ ਧਰਨਾ ਲਾਉਣਾ ਪਵੇ, ਕਿਉਂਕਿ ਉਚਿਤ ਕਾਰਵਾਈ ਸਰਕਾਰ ਵੱਲੋਂ ਨਹੀਂ ਕੀਤੀ ਗਈ। ਅਤੇ ਇਸ ਕਰਕੇ ਅਸੀਂ ਬੇਨਤੀ ਕਰਦੇ ਹਾਂ, ਜਿੰਨੀਆਂ ਵੀ ਸੰਗਤਾਂ, ਜਿੰਨੇ ਵੀ ਗੁਰੂ ਸਾਹਿਬ ਨੂੰ ਪਿਆਰ ਕਰਨ ਵਾਲੇ ਸਿੱਖ ਮਾਈ ਭਾਈ ਵੀਰ, ਚਾਹੇ ਉਹ ਹਿੰਦੂ ਹੋਣ, ਮੁਸਲਮਾਨ ਹੋਣ, ਸਿੱਖ ਹੋਣ, ਈਸਾਈ ਹੋਣ, ਕਿਸੇ ਵੀ ਧਰਮ ਤੋਂ ਸੰਬੰਧਿਤ ਹੋਣ, ਜਿਹੜੇ ਗੁਰੂ ਸਾਹਿਬ ਨੂੰ ਪਿਆਰ ਕਰਦੇ ਨੇ, ਉਹ 5 ਤਰੀਕ 11 ਵਜੇ ਸਿਟੀ ਮੈਜਿਸਟਰੇਟ SP ਸਿਟੀ CCR ਟਾਵਰ 'ਤੇ ਉੱਤੇ ਪਹੁੰਚਣ ਦੀ ਕਿਰਪਾਲਤਾ ਕਰਨ। ਹਰਿਦੁਆਰ ਵਿਖੇ ਜੋ ਸਥਾਨ, ਇਤਿਹਾਸਿਕ ਸਥਾਨ ਗੁਰਦੁਆਰਾ ਗਿਆਨ ਗੋਦੜੀ ਸਥਾਨ ਦੇ ਬਿਲਕੁਲ ਠੀਕ ਸਾਹਮਣੇ CCR ਟਾਵਰ ਹੈ, ਉੱਥੇ ਪਹੁੰਚਣ ਦੀ ਕਿਰਪਾਲਤਾ ਕਰਨ, ਕਿਉਂਕਿ ਜੇ ਸਰਕਾਰ ਸਾਡੀ ਗੱਲ ਨਹੀਂ ਮੰਨਦੀ ਇਸ ਕਰਕੇ ਸਾਨੂੰ ਧਰਨਾ ਲਾਉਣਾ ਪਏਗਾ। ਜੇ 2 ਦਿਨਾਂ ਦੇ ਵਿੱਚ ਸਰਕਾਰ, ਪੁਲਿਸ ਪ੍ਰਸ਼ਾਸਨ ਸਾਡੀ ਗੱਲ ਨੂੰ ਮੰਨ ਲੈਂਦਾ ਹੈ, ਜੋ ਉਚਿਤ ਕਾਰਵਾਈ ਬਣਦੀ ਕਾਰਵਾਈ ਕਰ ਲੈਂਦਾ ਹੈ, ਤਾਂ ਅਸੀਂ ਧਰਨਾ ਨਹੀਂ ਲਾਵਾਂਗੇ। ਅਤੇ ਜੇ ਇਸ ਉਚਿਤ ਕਾਰਵਾਈ ਨੂੰ ਨਾ ਕੀਤਾ ਗਿਆ, ਦੋਸ਼ੀਆਂ ਦੇ ਖਿਲਾਫ਼ ਮੁਕੱਦਮੇ ਕਰਕੇ ਉਹਨਾਂ ਨੂੰ ਜੇਲ੍ਹ ਨਾ ਘੱਲਿਆ ਗਿਆ, ਬਣਦੀ ਕਾਰਵਾਈ ਨਾ ਕੀਤੀ ਗਈ, ਤਾਂ ਮਜਬੂਰਨ ਸਾਨੂੰ ਧਰਨਾ ਲਾਉਣਾ ਪਏਗਾ। 5 ਤਰੀਕ 11 ਵਜੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।